ਇਸ ਅਸਥਾਨ ਤੇ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀਆਂ ਦੀ ਇੱਕ ਸਾਧੂ ਨੇ ਲਈ ਸੀ ਪ੍ਰੀਖਿਆ। ਅੱਗੇ ਜੋ ਹੋਇਆ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਹੋਰ ਸੰਗਤਾਂ ਵੀ ਇਸ ਪਾਵਨ ਪਵਿੱਤਰ ਅਸਥਾਨ ਦੇ ਦਰਸ਼ਨ ਕਰ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਵਿੱਚ। ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ, ਤੰਦਰੁਸਤ ਹੋਵੋਗੇ। ਪੰਜ ਪਿਆਲੇ ਪੰਜ ਪੀਰ, ਛਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੈ ਮੂਰਤ ਹਰਗੋਬਿੰਦ ਸਵਾਰੀ। ਅੱਜ ਅਸੀਂ ਆਪ ਜੀ ਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀਆਂ ਦਾ ਪਾਵਨ ਪਵਿੱਤਰ ਅਸਥਾਨ, ਗੁਰਦੁਆਰਾ ਪਾਤਸ਼ਾਹੀ ਛੇਵੀਂ ਹਦੀਆਬਾਦ। ਹਦੀਆਬਾਦ ਪਿੰਡ ਦਾ ਨਾਮ ਹੈ, ਫਗਵਾੜੇ ਦਾ ਪ੍ਰਸਿੱਧ ਨਗਰ ਹੈ। ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਜੀਆਂ ਨੂੰ ਪਿਆਰ ਕਰਨ ਵਾਲੀ ਸੰਗਤ ਇਸ ਪਿੰਡ ਵਿੱਚ ਰਹਿੰਦੀ ਸੀ, ਜੋ ਕਿ ਗੁਰੂ ਜੀ ਨੂੰ ਬਹੁਤ ਯਾਦ ਕਰਿਆ ਕਰਦੀ ਸੀ। ਛੇਵੇਂ ਪਾਤਸ਼ਾਹ ਕਰਤਾਰਪੁਰ ਦੀ ਜੰਗ ਜਿੱਤਣ ਤੋਂ ਬਾਅਦ ਪਲਾਹੀ ਨਗਰ ਤੋਂ ਹੁੰਦੇ ਹੋਏ ਗੁਰੂ ਜੀ ਇਸ ਨਗਰ ਵਿੱਚ ਪਹੁੰਚੇ ਸਨ। ਜਿਸ ਵੇਲੇ ਇਲਾਕੇ ਦੀ ਸੰਗਤ ਨੂੰ ਪਤਾ ਲੱਗਾ ਗੁਰੂ ਸਾਹਿਬ ਹਦੀਆਬਾਦ ਵਿਖੇ ਪਹੁੰਚੇ ਹੋਏ ਹਨ, ਤਾਂ ਸੰਗਤ ਵਹੀਰਾ ਘੱਤ ਕੇ ਸਤਿਗੁਰੂ ਜੀਆਂ ਦੇ ਦਰਸ਼ਨ ਕਰਨ ਵਾਸਤੇ ਆਉਣ ਲੱਗੀਆਂ। ਦਿਨ ਰਾਤ ਸੰਗਤ ਸੇਵਾ ਵਿੱਚ ਜੁਟੀ ਰਹਿੰਦੀ ਤੇ ਹਰ ਸਮੇਂ ਹੀ ਇਸ ਪਾਵਨ ਪਵਿੱਤਰ ਅਸਥਾਨ ਤੇ ਗੁਰੂ ਦਾ ਲੰਗਰ ਅਤੁੱਟ ਵਰਤਣ ਲੱਗਾ। ਨੇੜੇ ਹੀ ਇੱਕ ਝਿੜੀ ਵਿੱਚ ਸਾਧੂ ਰਹਿੰਦਾ ਸੀ, ਗੁਰੂ ਜੀ ਦੀ ਪਰਖ ਕਰਨ ਵਾਸਤੇ ਲੰਗਰ ਵਿੱਚ ਆ ਕੇ ਬੈਠ ਗਿਆ ਅਤੇ ਸੇਵਾਦਾਰਾਂ ਨੂੰ ਕਹਿਣ ਲੱਗਾ, ਮੇਰੀ ਚਿੱਪੀ ਨੂੰ ਭਰੋ। ਤੇ ਜਿਵੇਂ ਸੇਵਾਦਾਰ ਉਹਦੀ ਚਿੱਪੀ ਵਿੱਚ ਲੰਗਰ ਪਾਉਂਦੇ ਹਨ ਤੇ ਉਹਦੀ ਚਿੱਪੀ ਨਹੀਂ ਭਰਦੀ। ਬਹੁਤ ਹੀ ਸੇਵਾਦਾਰਾਂ ਨੇ ਚਿੱਪੀ ਦੇ ਵਿੱਚ ਲੰਗਰ ਪਾਇਆ ਪਰ ਚਿੱਪੀ ਨਾ ਭਰੇ। ਸੇਵਾਦਾਰ ਨੇ ਗੁਰੂ ਜੀ ਦੇ ਕੋਲ ਜਾ ਕੇ ਬੇਨਤੀ ਕੀਤੀ, ਮਹਾਰਾਜ ਲੰਗਰ ਵਿੱਚ ਇੱਕ ਸਾਧੂ ਫਕੀਰ ਆ ਕੇ ਬੈਠਾ ਹੈ, ਉਹਨੇ ਆਖਿਆ ਮੇਰੀ ਚਿੱਪੀ ਭਰੋ। ਪਰ ਗੁਰੂ ਜੀ ਅਸੀਂ ਚਿੱਪੀ ਵਿੱਚ ਲੰਗਰ ਪਾਉਂਦੇ ਹਾਂ ਪਰ ਚਿੱਪੀ ਭਰਦੀ ਨਹੀਂ ਹੈ। ਧੰਨ ਗੁਰੂ ਹਰਗੋਬਿੰਦ ਮਹਾਰਾਜ ਹੱਸ ਕੇ ਕਹਿਣ ਲੱਗੇ, ਆ ਇੱਕ ਕਿਣਕਾ ਉਹਦੀ ਚਿੱਪੀ ਵਿੱਚ ਪਾ ਦਿਓ, ਚਿੱਪੀ ਭਰ ਜਾਏਗੀ। ਜਦੋਂ ਸੇਵਾਦਾਰ ਨੇ ਗੁਰੂ ਜੀ ਦਾ ਹੁਕਮ ਮੰਨ ਕੇ ਉਹ ਕਿਣਕਾ ਸਾਧੂ ਦੀ ਚਿੱਪੀ ਵਿੱਚ ਪਾਇਆ ਤੇ ਸੰਗਤ ਜੀ ਭੋਜਨ ਚਿੱਪੀ ਵਿੱਚੋਂ ਬਾਹਰ ਨਿਕਲ ਕੇ ਡਿੱਗਣ ਲੱਗ ਪਿਆ। ਸਾਧੂ ਬੜਾ ਹੈਰਾਨ ਹੋਇਆ ਵੀ ਮੇਰੀ ਚਿੱਪੀ ਨੂੰ ਤਾਂ ਕੋਈ ਭਾਰੀ ਨਹੀਂ ਸਕਦਾ ਸੀ। ਇੱਥੇ ਹੀ ਗੁਰੂ ਜੀ ਦੀ ਇੱਕ ਹੋਰ ਕਰਾਮਾਤ ਵਰਤੀ। ਜਦੋਂ ਉਹ ਸਾਧੂ ਲੰਗਰ ਛਕਣ ਵਾਸਤੇ ਆਪਣੀ ਚਿੱਪੀ ਵਿੱਚ ਹੱਥ ਪਾਉਣ ਦੀ ਕੋਸ਼ਿਸ਼ ਕਰਦਾ, ਚਿੱਪੀ ਉੱਪਰੋਂ ਬੰਦ ਹੋ ਜਾਇਆ ਕਰੇ। ਬੜੀ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਉਹ ਆਪਣੀ ਚਿੱਪੀ ਵਿੱਚੋਂ ਲੰਗਰ ਕੱਢ ਕੇ ਨਹੀਂ ਛਕ ਸਕਿਆ। ਉਹਨੂੰ ਪਤਾ ਲੱਗ ਗਿਆ ਛੇਵੇਂ ਪਾਤਸ਼ਾਹ ਕੋਈ ਆਮ ਨਹੀਂ ਹਨ, ਆਪ ਪਰਮੇਸ਼ਰ ਸਰੂਪ ਸਤਿਗੁਰ ਹਨ। ਆਖਰ ਉਹਨੇ ਗੁਰੂ ਜੀ ਦੇ ਚਰਨਾਂ ਵਿੱਚ ਆ ਕੇ ਨਮਸਕਾਰ ਕੀਤੀ ਤੇ ਸਤਿਗੁਰ ਜੀਆਂ ਪਾਸੋਂ ਖੁਸ਼ੀਆਂ ਪ੍ਰਾਪਤ ਕੀਤੀਆਂ। ਇਹ ਸੀ ਅੱਜ ਦਾ ਬਲੌਗ। ਆਪ ਜੀ ਨੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਹਨ, ਇੱਥੋਂ ਦਾ ਇਤਿਹਾਸ ਸਰਵਣ ਕੀਤਾ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਲਿਖ ਕੇ ਹਾਜ਼ਰੀ ਲਵਾਇਆ ਕਰੋ। ਅਗਲੇ ਬਲੌਗ ਵਿੱਚ ਫਿਰ ਮਿਲਦੇ ਹਾਂ। ਇੱਥੇ ਹੀ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।